ਮੋਹਾਲੀ ਦੀ ਆਈ ਟੀ ਸਿਟੀ ਦੀਆਂ ਤਸਵੀਰਾਂ ਨੇ। ਇਹ ਸੈਕਟਰ 82-83 ਦੇ ਵਿੱਚ ਕੁਦਰਤ ਦਾ ਇਹ ਕਹਿਰ ਵਾਪਰਿਆ। ਇਹ ਮੀਂਹ ਦੇ ਪਾਣੀ ਦੇ ਨਾਲ ਜ਼ਮੀਨ ਜਿਹੜੀ ਆ ਉਹ ਧਸ ਚੁੱਕੀ ਹੈ। 15-20 ਫੁੱਟ ਦੇ ਕਰੀਬ ਇਹ ਸੜਕ ਜਿਹੜੀ ਆ ਇਹ ਅੰਦਰ ਧਸ ਚੁੱਕੀ ਹੈ। 70 ਲੱਖ ਦਾ ਟੈਂਡਰ ਹੋਣ ਦੇ ਬਾਵਜੂਦ ਵੀ ਇਹ ਤੁਸੀਂ ਦੇਖ ਸਕਦੇ ਹੋ ਕਿ ਕੰਮ ਕਿੰਨਾ ਅਧੂਰਾ ਹੈ। ਮੀਂਹ ਪੈਣ ਦੇ ਨਾਲ ਸੜਕ ਹੀ ਧਸ ਗਈ ਹੈ। ਪੰਜਾਬ ਦੇ ਵਿੱਚ ਭਾਰੀ ਮੀਂਹ ਨੇ ਗਰਮੀ ਤੋਂ ਰਾਹਤ ਤਾਂ ਦਿੱਤੀ ਹੈ ਪਰ ਬਹੁਤ ਸਾਰੀਆਂ ਮੁਸ਼ਕਲਾਂ ਵੀ ਖੜੀਆਂ ਕਰ ਦਿੱਤੀਆਂ ਨੇ। ਪਿਛਲੀ ਵਾਰ ਤੁਸੀਂ ਦੇਖਿਆ ਕਿ ਕਿਵੇਂ ਪੰਜਾਬ ਦੇ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ। ਜਦੋਂ ਮੌਨਸੂਨ ਆਇਆ, ਮੌਨਸੂਨ ਦੇ ਨਾਲ ਮੀਂਹ ਦੇ ਨਾਲ ਹੜ੍ਹ ਵੀ ਪੰਜਾਬ ਦੇ ਵਿੱਚ ਆਏ, ਜਿਸ ਤੋਂ ਬਾਅਦ ਭਾਰੀ ਤਬਾਹੀ ਮਚ ਗਈ। ਘਰਾਂ ਦੇ ਘਰ ਤਬਾਹ ਹੋ ਗਏ, ਫਸਲਾਂ ਤਬਾਹ ਹੋ ਗਈਆਂ, ਪਰ ਹੁਣ ਫਿਰ ਮੌਨਸੂਨ ਨੇ ਦਸਤਕ ਦਿੱਤੀ ਹੈ। ਪਿਛਲੇ ਦਿਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਗਰਮੀ ਪੰਜਾਬ ਦੇ ਵਿੱਚ ਬਹੁਤ ਸੀ, ਪਰ ਹੁਣ ਮੀਂਹ ਨੇ ਗਰਮੀ ਤੋਂ ਰਾਹਤ ਦਿੱਤੀ ਹੈ। ਮੋਹਾਲੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੋਹਾਲੀ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਅੱਜ 3 ਵਜੇ ਤੱਕ ਦਾ ਅਲਰਟ ਹੈ ਕਿ ਭਾਰੀ ਮੀਂਹ ਪਵੇਗਾ। ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ, ਪਰ ਇਸ ਮੀਂਹ ਨੇ ਬਹੁਤ ਸਾਰੀਆਂ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਨੇ। ਮੋਹਾਲੀ ਦੇ ਵਿੱਚ ਸੜਕਾਂ ਤੱਕ ਜਿਹੜੀਆਂ ਨੇ ਉਹ ਧਸ ਚੁੱਕੀਆਂ ਨੇ, ਤਾਂ ਤੁਹਾਨੂੰ ਵੀ ਸਾਵਧਾਨ ਕਰ ਦਿੰਦੇ ਹਾਂ, ਨਾਲੇ ਦੱਸ ਦਿੰਦੇ ਹਾਂ ਕਿ ਜੇਕਰ ਤੁਸੀਂ ਮੋਹਾਲੀ ਦੇ 82-83 ਦੇ ਏਰੀਏ ਦੇ ਵਿੱਚੋਂ ਲੰਘਣਾ ਹੈ ਤਾਂ ਤੁਹਾਨੂੰ ਸਾਵਧਾਨੀ ਦੇ ਨਾਲ ਲੰਘਣਾ ਹੋਵੇਗਾ। ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਇਹ 82-83 ਦੀ ਸੜਕ ਹੈ ਜਿੱਥੇ ਕਿ ਕੰਮ ਚੱਲ ਰਿਹਾ ਸੀ। ਇਹ ਪੋਰੇ ਪੈ ਰਹੇ ਨੇ, ਨਾਲ ਹੀ ਇਹ ਗੋਲ ਚੱਕਰ ਰਾਊਂਡ ਅਬਾਊਟ ਜਿਹੜਾ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਇੱਥੇ ਇਸ ਦਾ ਕੰਮ ਚੱਲ ਰਿਹਾ ਸੀ। ਪਰ 70 ਲੱਖ ਦਾ ਟੈਂਡਰ ਹੋਣ ਦੇ ਬਾਵਜੂਦ ਵੀ ਇਹ ਤੁਸੀਂ ਦੇਖ ਸਕਦੇ ਹੋ ਕਿ ਕੰਮ ਕਿੰਨਾ ਅਧੂਰਾ ਹੈ। ਮੀਂਹ ਪੈਣ ਦੇ ਨਾਲ ਸੜਕ ਹੀ ਧਸ ਗਈ ਹੈ। ਜਿੱਥੇ ਮੇਰੇ ਪੈਰ ਨੇ, ਮੈਂ ਕੈਮਰਾਮੈਨ ਨੂੰ ਕਹਿਣਾ ਚਾਹੁੰਦਾ ਇਹ ਦਿਖਾ ਦਿੱਤੇ ਜਾਣ ਜਿੱਥੇ ਮੇਰਾ ਬੂਟ ਆ, ਮੇਰੇ ਪੈਰ ਨੇ। ਇਹ ਸੜਕ ਧਸਣੀ ਇੱਥੋਂ ਸਟਾਰਟ ਹੋ ਚੁੱਕੀ ਹੈ। ਇਹ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਵੱਡੀਆਂ ਤਰੇੜਾਂ ਆ ਚੁੱਕੀਆਂ ਨੇ। ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਇਸ ਤਰੀਕੇ ਨਾਲ ਹੀ ਪੈਂਦਾ ਰਿਹਾ ਤਾਂ ਇਹ ਸੜਕ ਜਿਹੜੀ ਆ ਧਸ ਜਾਵੇਗੀ। ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਪ੍ਰਸ਼ਾਸਨ ਦੇ ਵੱਲ ਵੀ ਇਹ ਧਿਆਨ ਦਿਵਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪਹਿਲਾਂ ਹੀ ਇਸ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ। ਬਰਸਾਤੀ ਮੌਸਮ ਹੈ, ਬਰਸਾਤੀ ਮੌਸਮ ਦੇ ਵਿੱਚ ਪਿਛਲੀ ਵਾਰ ਵੀ ਬਹੁਤ ਸਾਰੀਆਂ ਕਲੋਨੀਆਂ ਦੇ ਵਿੱਚ ਪਾਣੀ ਭਰ ਚੁੱਕਿਆ ਸੀ, ਜਿਸ ਤੋਂ ਬਾਅਦ ਭਾਰੀ ਮੁਸ਼ਕਲਾਂ ਲੋਕਾਂ ਨੂੰ ਸਾਹਮਣੇ ਆਈਆਂ। ਸਾਹਮਣੇ ਰਾਊਂਡ ਅਬਾਊਟ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਕੰਮ ਚੱਲ ਰਿਹਾ ਸੀ। ਦੇਖੋ, 70 ਲੱਖ ਦਾ ਟੈਂਡਰ ਸੀ, ਇਹ ਪ੍ਰੋਜੈਕਟ ਸੀ, ਪਰ ਇਸ ਨੂੰ ਪੂਰਾ ਨਹੀਂ ਕੀਤਾ ਗਿਆ। ਹਾਲਾਂਕਿ ਬਰਸਾਤੀ ਮੌਸਮ ਤੋਂ ਪਹਿਲਾਂ, ਮੌਨਸੂਨ ਤੋਂ ਪਹਿਲਾਂ ਬਹੁਤ ਸਾਰੇ ਅਜਿਹੇ ਕੰਮ ਹੁੰਦੇ ਨੇ ਜੋ ਪੂਰੇ ਕਰ ਲਏ ਜਾਂਦੇ ਨੇ ਕਿ ਮੌਨਸੂਨ ਦਾ ਕਰਕੇ ਕੋਈ ਦਿੱਕਤਾਂ ਪਰੇਸ਼ਾਨੀਆਂ ਨਾ ਆਉਣ। ਜਿਵੇਂ ਪਿੰਡਾਂ ਦੇ ਵਿੱਚ ਸੂਏ ਡਰੇਨ ਜਿਹੜੀਆਂ ਨੇ ਉਹ ਖਾਲ ਦਿੱਤੀਆਂ ਜਾਂਦੀਆਂ ਨੇ ਕਿ ਪਾਣੀ ਨਾ ਭਰੇ। ਉਸ ਇਸੇ ਤਰੀਕੇ ਨਾਲ ਹੀ ਪਿਛਲੀ ਵਾਰ ਵੀ ਜਦੋਂ ਬਰਸਾਤੀ ਚੋਆਂ ਜਦੋਂ ਬੰਦ ਹੋ ਗਿਆ, ਉਹ ਮਿੱਟੀ ਧਸ ਰਹੀ ਹੈ, ਮਿੱਟੀ ਹਾਲੇ ਵੀ ਸਾਹਮਣੇ ਡਿੱਗ ਰਹੀ ਹੈ। ਤੁਸੀਂ ਕੈਮਰੇ ਦੇ ਰਾਹੀਂ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਇਹ ਪਾਣੀ ਦੀਆਂ ਛੱਲਾਂ ਆ ਰਹੀਆਂ ਨੇ ਪੋਰਿਆਂ ਦੇ ਜ਼ਰੀਏ, ਤਾਂ ਕਿਤੇ ਨਾ ਕਿਤੇ ਇਹ ਵੀ ਨੁਕਸਾਨਦੇਹ ਹੈ ਕਿਉਂਕਿ ਭਾਰੀ ਮੀਂਹ ਜਿਹੜਾ ਉਹ ਪੈ ਰਿਹਾ ਹੈ, ਜਿਸ ਕਰਕੇ ਭਾਰੀ ਦਿੱਕਤਾਂ ਦਾ ਸਾਹਮਣਾ ਆਸ ਪਾਸ ਦੇ ਲੋਕਾਂ ਨੂੰ ਕਰਨਾ ਪੈ ਰਿਹਾ ਹੈ। ਹੁਣ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਇਹ ਰੋਡ ਕਿਹੜਾ ਹੈ। ਇਹ ਸਾਹਮਣੇ ਜਿਹੜਾ 82A ਦਾ ਬੋਰਡ ਲੱਗਾ ਹੋਇਆ ਹੈ, ਇਹ ਜ਼ੀਰਕਪੁਰ ਵੱਲ ਤੋਂ ਅੰਬਾਲਾ ਵੱਲ ਤੋਂ ਇਹ ਰੋਡ ਇਹ ਐਰੋ ਸਿਟੀ ਵੱਲ ਆਉਂਦਾ ਹੈ। ਅਤੇ ਤਸਵੀਰਾਂ ਨੇ ਜੇਕਰ ਤੁਹਾਨੂੰ ਇੱਧਰ ਦਿਖਾ ਦਿੱਤੇ ਜਾਵੇ ਜਿੱਧਰ 101 ਸੈਕਟਰ ਲਿਖਿਆ ਹੋਇਆ ਹੈ, ਮੈਂ ਕੈਮਰਾਮੈਨ ਨੂੰ ਕਹਿਣਾ ਚਾਹੁੰਦਾ ਇਹ ਰੋਡ ਜਾਂਦਾ ਹੈ ਪਟਿਆਲਾ ਵੱਲ ਨੂੰ, ਬਨੂੜ ਪਟਿਆਲਾ ਵੱਲ ਨੂੰ ਲੋਕ ਜਿਹੜੇ ਨੇ ਇੱਧਰ ਦੀ ਜਾਂਦੇ ਨੇ, ਅਤੇ ਇੱਧਰ ਦੂਜੀ ਸਾਈਡ 'ਤੇ ਜਿੱਥੇ ਐਰੋ ਸਿਟੀ ਲਿਖਿਆ ਹੋਇਆ ਹੈ
ਇੱਧਰ ਨੂੰ ਮੋਹਾਲੀ ਚੰਡੀਗੜ੍ਹ ਵੱਲ ਲੋਕ ਜਾਂਦੇ ਨੇ। ਹਾਲਾਂਕਿ ਟ੍ਰੈਫਿਕ ਡਾਈਵਰਟ ਕੀਤੀ ਹੋਈ ਹੈ ਕਿ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ, ਪਰ ਫਿਰ ਵੀ ਕਿਤੇ ਹਨੇਰੇ ਸਵੇਰੇ ਜਿਹੜਾ ਕੋਈ ਨਾ ਕੋਈ ਅਜਿਹਾ ਘਟਨਾ ਜਿਹੜੀ ਆ ਉਹ ਵਾਪਰਨਾ ਜਾਵੇ, ਤਾਂ ਇਸ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਹੋਰ ਪ੍ਰਬੰਧ ਜਿਹੜੇ ਨੇ ਉਹ ਕਰ ਲੈਣੇ ਚਾਹੀਦੇ ਨੇ। ਤਸਵੀਰਾਂ ਇੱਕ ਵਾਰ ਫਿਰ ਦਿਖਾ ਦਿੰਦੇ ਹਾਂ ਕਿ ਕਿਵੇਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਜਿਹੜੇ ਕੰਮ ਚੱਲ ਰਿਹਾ ਸੀ ਉਹ ਢੱਗਾਂ ਹਾਲੇ ਵੀ ਡਿੱਗ ਰਹੀਆਂ ਨੇ। ਪਰ ਦੂਜੀ ਪਾਸੇ ਜੇਕਰ ਗੱਲ ਕੀਤੀ ਜਾਵੇ, ਕੁਝ ਦੇਰ ਪਹਿਲਾਂ ਇੱਥੇ ਕੁਝ ਅਧਿਕਾਰੀ ਜਿਹੜੇ ਨੇ ਉਹ ਸਰਵੇਖਣ ਵੀ ਕਰਨ ਆਏ ਸੀ ਕਿ ਇਹ ਕਿਵੇਂ ਹੋ ਰਿਹਾ ਹੈ, ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਮੀਂਹ ਇੱਦਾਂ ਪੈਂਦਾ ਰਿਹਾ ਤਾਂ ਕੋਈ ਨੁਕਸਾਨ ਤਾਂ ਨਹੀਂ ਹੋਵੇਗਾ ਇਹਦਾ। ਇੱਕ ਵਾਰ ਮੈਂ ਸੜਕ ਫਿਰ ਦਿਖਾ ਦੇਣਾ ਚਾਹੁੰਦਾ ਹਾਂ ਕਿ ਇਹ ਦੇਖੋ ਜਿੱਥੇ ਮੈਂ ਖੜ੍ਹਾ ਏ, ਅਤੇ ਇਹ ਵੀ ਨਹੀਂ ਹੈ ਕਿ ਇਹ ਵੀ ਹੋ ਸਕਦਾ ਜਿੰਨੀ ਦੇਰ ਤੱਕ ਮੈਂ ਖੜ੍ਹਾ ਉੰਨੀ ਦੇਰ ਤੱਕ ਇਹ ਸੜਕ ਧੱਸ ਵੀ ਸਕਦੀ ਏ, ਕੁਝ ਵੀ ਹੋ ਸਕਦਾ ਏ, ਰਿਸਕ ਲੈ ਕੇ ਅਸੀਂ ਵੀ ਖੜ੍ਹੇ ਹਾਂ। ਆਹ ਦੇਖੋ ਧੱਸ ਕੀ ਸਕਦੀ ਏ, ਧੱਸ ਹੀ ਆਹ ਦੇਖੋ ਪਾਣੀ ਕਿੰਨਾ ਪੈ ਰਿਹਾ ਹੈ। ਮੈਂ ਕੈਮਰਾਮੈਨ ਨੂੰ ਕਹਿਣਾ ਚਾਹੁੰਦਾ ਜਿੱਥੇ ਮੇਰਾ ਬੂਟੇ ਅੰਦਰ ਤੱਕ ਦਿਖਾ ਦਿੱਤਾ ਜਾਵੇ ਕਿ ਕਿਵੇਂ ਪਾਣੀ ਜਿਹੜਾ ਹੈ ਸੜਕ ਦੇ ਵਿੱਚ ਪੂਰਨ ਤਰੀਕੇ ਨਾਲ ਪੈ ਚੁੱਕਿਆ ਏ, ਅਤੇ ਇਹ ਜਿੰਨਾ ਇਹ ਟੋਟਾ ਜਿਹੜਾ ਵਾ ਇਹ ਵੀ ਸੜਕ ਦੇ ਵਿੱਚ ਧੱਸ ਸਕਦਾ ਏ। ਮੋਹਾਲੀ ਦੀ ਆਈ ਟੀ ਸਿਟੀ ਦੀਆਂ ਤਸਵੀਰਾਂ ਨੇ ਇਹ, ਸੈਕਟਰ 82-83 ਦੇ ਵਿੱਚ ਕੁਦਰਤ ਦਾ ਇਹ ਕਹਿਰ ਵਾਪਰਿਆ ਹੈ। ਮੀਂਹ ਦੇ ਪਾਣੀ ਦੇ ਨਾਲ ਜ਼ਮੀਨ ਜਿਹੜੀ ਆ ਉਹ ਧੱਸ ਚੁੱਕੀ ਹੈ, ਸੜਕ ਜਿਹੜੀ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ 15 ਫੁੱਟ ਦਾ ਟੋਆ ਡੂੰਘਾ ਪਿਆ ਹੋਇਆ ਹੈ, ਸੜਕ ਧੱਸੀ ਹੋਈ ਹੈ, ਅਤੇ ਏਅਰਪੋਰਟ ਰੋਡ ਦੇ ਉੱਤੇ ਇਹ ਆਵਾਜਾਈ ਪ੍ਰਭਾਵਿਤ ਹੋਈ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ 1 ਸਾਲ ਪਹਿਲਾਂ ਗਮਾਡਾ ਨੇ ਤਕਰੀਬਨ 70 ਲੱਖ ਰੁਪਏ ਦਾ ਟੈਂਡਰ ਕੱਢਿਆ ਸੀ, ਪਰ ਹਾਲੇ ਤੱਕ ਇਹ ਪ੍ਰੋਜੈਕਟ ਜਿਹੜਾ ਨੇਪਰੇ ਨਹੀਂ ਚੜਿਆ, ਜਿਸ ਦੇ ਕਾਰਨ ਇਹ ਤਸਵੀਰਾਂ ਦੇ ਤੁਹਾਨੂੰ ਜ਼ਰੀਏ ਦਿਖਾ ਰਹੇ ਹਾਂ ਕਿ ਕਿਵੇਂ ਸੜਕ ਜਿਹੜੀ ਆ ਉਹ ਧੱਸ ਚੁੱਕੀ ਹੈ ਮੀਂਹ ਦੇ ਪਾਣੀ ਦੇ ਨਾਲ। 15-20 ਫੁੱਟ ਦੇ ਕਰੀਬ ਇਹ ਸੜਕ ਜਿਹੜੀ ਆ ਇਹ ਅੰਦਰ ਧੱਸ ਚੁੱਕੀ ਹੈ, ਜ਼ਮੀਨ ਜਿਹੜੀ ਆ ਇਹ ਧੱਸਣੀ ਸ਼ੁਰੂ ਹੋ ਚੁੱਕੀ ਹੈ। ਜੇਕਰ ਮੌਸਮ, ਕਿਉਂਕਿ ਮੌਸਮ ਦਾ ਕੋਈ ਪਤਾ ਨਹੀਂ, ਕੁਦਰਤ ਦਾ ਕੋਈ ਪਤਾ ਨਹੀਂ, ਪਿਛਲੇ ਦਿਨਾਂ ਦੇ ਵਿੱਚ ਕਹਿੰਦੇ ਰਹੇ ਮੌਸਮ ਵਿਗਿਆਨੀ ਕਿ ਮੀਂਹ ਹੁਣ ਪਵੇਗਾ, ਪਰ ਮੌਸਮ ਵਿਗਿਆਨੀਆਂ ਦੀਆਂ ਭਵਿੱਖਬਾਣੀਆਂ ਵੀ ਇਸ ਵਾਰ ਝੂਠੀਆਂ ਨਿਕਲੀਆਂ। ਪਰ ਹੁਣ ਜਿਹੜਾ ਭਾਰੀ ਮੀਂਹ ਪੈ ਰਿਹਾ ਹੈ, 3 ਵਜੇ ਤੱਕ ਅਲਰਟ ਕੀਤਾ ਗਿਆ ਹੈ ਚੰਡੀਗੜ੍ਹ ਦੇ ਵਿੱਚ, ਮੋਹਾਲੀ ਦੇ ਵਿੱਚ ਯੈਲੋ ਅਲਰਟ ਹੈ, ਪੰਜਾਬ ਦੇ ਕਈ ਜਿਹੜਾ ਸ਼ਹਿਰਾਂ ਦੇ ਵਿੱਚ ਮੀਂਹ ਪੈਣ ਦੀ, ਭਾਰੀ ਮੀਂਹ ਪੈਣ ਦੀ ਜਿਹੜੀ ਆ ਸੰਭਾਵਨਾ ਹੈ। ਕਈ ਜ਼ਿਲ੍ਹਿਆਂ ਦੇ ਵਿੱਚ ਬਹੁਤ ਭਾਰੀ ਮੀਂਹ ਪੈ ਵੀ ਰਿਹਾ, ਜਿਵੇਂ ਕਿ ਮੋਹਾਲੀ ਦੇ ਵਿੱਚ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ। ਤਾਂ ਹੁਣ ਇਸ ਮੀਂਹ ਦੇ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਮੋਹਾਲੀ ਦੇ ਵਿੱਚ ਪਿਛਲੀ ਵਾਰ ਵੀ ਜਦੋਂ ਕਿ ਕੁਦਰਤੀ ਚੋਆਂ ਜਿਹੜੀਆਂ ਨੇ ਉਹ ਬੰਦ ਕਰਕੇ ਉਹਨਾਂ ਦੀ ਜਗ੍ਹਾ ਬਿਲਡਿੰਗਾਂ ਜਿਹੜੀਆਂ ਉਸਾਰ ਦਿੱਤੀਆਂ ਗਈਆਂ, ਜਿਸ ਕਰਕੇ ਪਾਣੀ ਭਰਿਆ ਕਲੋਨੀਆਂ ਦੇ ਵਿੱਚੋਂ ਲੋਕਾਂ ਨੂੰ ਰੈਸਕਿਊ ਕਰਨਾ ਪਿਆ। ਬੋਟਾਂ ਦੇ ਜ਼ਰੀਏ ਲੋਕਾਂ ਦੇ ਘਰਾਂ ਤੱਕ ਬੋਟਸ ਦੇ ਜ਼ਰੀਏ, ਕਿਸ਼ਤੀਆਂ ਦੇ ਜ਼ਰੀਏ ਰਾਸ਼ਨ ਜਿਹੜਾ ਉਹ ਪਹੁੰਚਾਉਣਾ ਪਿਆ, ਅਤੇ ਉਸ ਵਕਤ ਵੀ 5-5, 6-6 ਫੁੱਟ ਪਾਣੀ ਜਿਹੜਾ ਭਰ ਗਿਆ ਸੀ। ਤਾਂ ਹੁਣ ਵੀ ਹਾਲਾਤ ਕੁਝ ਸਹੀ ਨਹੀਂ ਹੈ, ਹੁਣ ਵੀ ਤੁਹਾਨੂੰ ਇਹ ਦਿਖਾ ਰਹੇ ਹਾਂ ਕਿ ਕਿਵੇਂ ਸੜਕਾਂ ਜਿਹੜੀਆਂ ਨੇ ਉਹ ਧੱਸ ਰਹੀਆਂ ਨੇ, ਜਿੱਥੇ ਜਿੱਥੇ ਕੰਮ ਚੱਲ ਰਿਹਾ ਹੈ ਉੱਥੇ ਉੱਥੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ 70 ਲੱਖ ਰੁਪਏ ਦਾ ਟੈਂਡਰ ਸੀ ਜਿਹੜਾ ਕਿ ਪੂਰਾ ਨਹੀਂ ਹੋਇਆ, ਤਾਂ ਇਸ ਲਈ ਵੀ ਪ੍ਰਸ਼ਾਸਨ ਦੇ ਉੱਤੇ ਸਵਾਲ ਖੜ੍ਹਾ ਹੁੰਦਾ। ਇਹ ਰਾਊਂਡ ਅਬਾਊਟ ਹੈ, ਮੈਂ ਤਸਵੀਰਾਂ ਇੱਕ ਵਾਰ ਕਹਿਣਾ ਚਾਹੁੰਦਾ ਦਿਖਾ ਦਿੱਤੀਆਂ ਜਾਣ, ਕਿਉਂਕਿ ਮੀਂਹ ਕਰਕੇ ਇਹ ਰਾਊਂਡ ਅਬਾਊਟ ਜਿਹੜਾ ਇਹ ਵੀ ਧੱਸ ਰਿਹਾ ਹੈ। ਤਾਂ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਮੀਂਹ ਇੱਦਾਂ ਪੈਂਦਾ ਰਹੇ ਤਾਂ ਨੁਕਸਾਨ ਜਿਹੜਾ ਹੋ ਸਕਦਾ ਹੈ। ਸੜਕ ਜਿਹੜੀ ਆ ਉਹ ਧੱਸਣੀ ਸਟਾਰਟ ਹੋ ਚੁੱਕੀ ਹੈ। ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿਵੇਂ ਇਹ ਪੋਰਿਆਂ ਦੇ ਵਿੱਚੋਂ ਪਾਣੀ ਦਾ ਵਹਾਅ ਜਿਹੜਾ ਤੇਜ਼ੀ ਨਾਲ ਆ ਰਿਹਾ ਹੈ, ਕਿਉਂਕਿ ਮੀਂਹ ਬਹੁਤ ਪੈ ਰਿਹਾ ਹੈ। ਭਾਰੀ ਮੀਂਹ ਦੇ ਕਾਰਨ ਨੁਕਸਾਨ ਜਿਹੜਾ ਉਹ ਹੋ ਸਕਦਾ ਹੈ।
ਤਾਂ ਪ੍ਰਸ਼ਾਸਨ ਨੂੰ ਵੀ ਸਾਡੇ ਜ਼ਰੀਏ ਅਪੀਲ ਹੈ, ਲੋਕਾਂ ਨੂੰ ਵੀ ਅਪੀਲ ਹੈ। ਅਸੀਂ ਦਿਖਾ ਦਿੱਤਾ ਹੈ ਕਿ ਕਿਹੜਾ ਕਿਹੜਾ ਇਹ ਏਰੀਆ ਹੈ, ਕਿੱਧਰ ਕਿੱਧਰ ਨੂੰ ਜਾਂਦਾ ਹੈ। ਤਾਂ ਇਸ ਏਰੀਏ ਦੇ ਵਿੱਚ ਆਉਣ ਤੋਂ ਪਹਿਲਾਂ, ਇਸ ਸੜਕ ਦੇ ਜ਼ਰੀਏ ਆਉਣ ਤੋਂ ਪਹਿਲਾਂ ਤੁਸੀਂ ਵੀ ਸਾਵਧਾਨ ਹੋ ਜਾਓ, ਅਤੇ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਕਿ ਲੋਕਾਂ ਨੂੰ ਸਾਵਧਾਨ ਕੀਤਾ ਜਾਵੇ ਅਤੇ ਜਲਦ ਤੋਂ ਜਲਦ ਇਸ ਮਸਲੇ ਦਾ ਵੀ ਕੋਈ ਹੱਲ ਕੱਢਿਆ ਜਾਵੇ। ਫਿਲਹਾਲ ਦਿਓ ਇਜਾਜ਼ਤ, ਕੈਮਰਾਮੈਨ ਅਮਨ ਦੇ ਨਾਲ ਅੰਤਰਪ੍ਰੀਤ ਸਿੰਘ ਖਹਿਰਾ, ਮਾਈ ਪੰਜਾਬੀ ਟੀਵੀ, ਮੋਹਾਲੀ।